ਅਧਿਆਰੋ ਸਰਕਾਰ ਨੇ ਬੀਤੇ ਦਿਨੀ ਸੂਬੇ ਦੇ 32 ਹਸਪਤਾਲਾਂ ਤੇ ਹੋਰ ਸਹੂਲਤਾਂ ਦੇਣ ਦੇ ਨਾਲ ਨਾਲ 766 ਹੋਰ ਬਿਸਤਰਿਆਂ ਲਈ 116 ਮਿਲੀਅਨ ਡਾਲਰ ਤੋਂ ਵੱਧ ਦੇ ਫੰਡ ਦੇਣ ਦਾ ਐਲਾਨ ਕੀਤਾ ਹੈ। ਇਸ ਵਿੱਚ ਬ੍ਰੈਂਟਨ ਹਸਪਤਾਲ ਵਿੱਚ 41 ਨਵੇਂ ਬਿਸਤਰੇ ਅਤੇ ਈਥੋਪਿਕੋ ਹਸਪਤਾਲ ਵਿੱਚ ਨਵੇਂ 40 ਬੈੱਡ ਸ਼ਾਮਲ ਨੇ। ਪ੍ਰੀਮੀਅਰ ਡਗ ਫੋਰਡ ਵੱਲੋਂ ਸਿਹਤ ਮੰਤਰੀ ਕ੍ਰਿਸਟੀ ਐਲੀਅਟ ਅਤੇ ਵਿਲੀਅਮ ਆਸਟਰ ਹੈਲਥ ਦੇ ਸੀਈਓ ਡਾਕਟਰ ਨਵੀਦ ਮੁਹੰਮਦ ਦਾ ਇਹ ਖਾਸ ਐਲਾਨ ਕੀਤਾ ਗਿਆ। ਦੂਜੇ ਪਾਸੇ ਬ੍ਰੈਂਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਐਲਾਨ ਦਾ ਸਵਾਗਤ ਕਰਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਨਾਲ ਹੀ ਕਿਹਾ ਕਿ ਬ੍ਰੈਂਟਨ ਦੇ ਵਸਨੀਕਾਂ ਲਈ ਇਹ ਇੱਕ ਚੰਗੀ ਖਬਰ ਹੈ। These 41 new patient beds will help alleviate hallway medicine at Brampton Civic Hospital. I want to thank in particular Dr. Naveed Mohammed